ਅਫਸਰ ਖੱਟਰਾ, ਕਮਿਊਨਿਟੀ ਦਾ ਕਹਿਣਾ ਕਿ ਆ ਜੋ ਇੰਡੀਵਿਜੁਅਲ ਹੈ, ਥਰਡ ਟਾਈਮ ਇਹਨਾਂ ਦੇ ਦੋ ਵਾਰ ਘਰ ਦੇ ਬਾਹਰ, ਇੱਕ ਵਾਰ ਆਫਿਸ ਦੇ ਬਾਹਰ ਗੋਲੀਆਂ ਚੱਲੀਆਂ, ਉਹ ਰਿਊਮਰਸ ਹੈ ਕਿ ਕੋਈ ਕਨਫਰਮੇਸ਼ਨ ਹੈਗੀ ਹੈ? ਅਤੇ ਕਨਫਰਮ ਹੋ ਗਿਆ ਸੀ ਕਿ ਐਕਚੁਲੀ ਗੋਲੀਆਂ ਚੱਲੀਆਂ ਨੇ। ਅਫਸਰ ਖੱਟਰਾ, ਕਿ ਪੁਲਿਸ ਕੋਲ ਵੀਡੀਓਜ਼ ਵੀ, ਸਬੂਤ ਤੁਸੀਂ ਕਹਿ ਗਏ, ਉਹ ਵੀਡੀਓਜ਼ ਉੱਥੋਂ ਮਿਲੇ ਆ ਕੁਛ ਏਰੀਆ 'ਚੋਂ ਐਜ਼ ਅ ਐਵੀਡੈਂਸ? ਹਾਂਜੀ, ਮਕਵੀਨ ਐਵਨਿਊ ਐਂਡ ਗੋਵੇਅਰ ਕਹਿ ਲਓ, ਕੈਸਮੋ ਵੀ ਚੱਲਦਾ ਹੈਗਾ ਕੱਲ੍ਹ। ਸੋ ਇਸ ਇੰਸੀਡੈਂਟ ਦਾ ਕੋਈ ਪਤਾ ਨਹੀਂ ਚੱਲਿਆ ਕਿ ਕੀ ਕਾਰਨ ਬਣਿਆ ਆ ਜਿਹੜੀਆਂ ਫਾਇਰਿੰਗ ਹੋਈਆਂ? ਹਾਂਜੀ, December 2 ਦੇ ਸਵੇਰ ਦੇ 3:30 ਦੇ ਲਾਗੇ ਛਾਗੇ ਸਾਨੂੰ ਕਾਲ ਆਈ ਸੀ ਜੀ, ਬ੍ਰੈਂਪਟਨ ਦੇ ਇੱਕ ਰਹਿਸ਼ੀ ਘਰ ਦੇ ਵਿੱਚ ਦੇ ਲਾਗੇ ਗੋਲੀਆਂ ਚੱਲਣ ਦੀ। ਹੋਰ ਕੋਈ ਇਨਫੋਰਮੇਸ਼ਨ ਅੱਗੇ ਆਏਗੀ ਜੋ ਕਿ ਕਮਿਊਨਿਟੀ ਨੂੰ ਚੱਲਣੀ ਚਾਹੀਦੀ ਹੈ, ਅਸੀਂ ਡੈਫੀਨੇਟਲੀ ਸ਼ੇਅਰ ਕਰਾਂਗੇ। ਬ੍ਰੈਂਪਟਨ 'ਚ ਰੀਜਨ ਆਫ ਅਪੀਲ 'ਚ ਪਿਛਲੇ ਕੁਛ ਹਫ਼ਤਿਆਂ 'ਚ ਕਾਫੀ ਕੁਛ ਇੰਸੀਡੈਂਟਸ ਹੋਏ ਹੈ ਜਿਹਦੇ 'ਚ ਸ਼ੂਟਿੰਗ ਫਾਇਰਿੰਗ ਹੋਈ ਹੈ। 2 December 2023 ਬ੍ਰੈਂਪਟਨ ਦੇ ਇੱਕ ਰੈਜ਼ੀਡੈਂਸ, ਉਹਦੇ ਬਾਹਰ ਵੀ ਫਾਇਰਿੰਗ ਹੋਈ ਹੈ, ਕੀ ਉਹਦੀ ਡਿਟੇਲਸ ਹੈ? ਕਿਹਾ ਜਾ ਰਿਹਾ, ਰਿਊਮਰਸ ਹੈ, ਕਮਿਊਨਿਟੀ ਤਰਫ ਤੋਂ ਵੀ ਕਾਫੀ ਮੈਸੇਜਸ ਆਏ ਕਿ ਐਕਸ MP ਰਾਜ ਗਰੇਵਾਲ ਦਾ ਘਰ ਸੀਗਾ, ਲੇਕਿਨ ਕਨਫਰਮ ਸੋਰਸਿਸ ਤੋਂ ਨਹੀਂ ਹੈ ਕਿ ਆ ਰਿਊਮਰਸ ਹੈ। ਸਾਡੇ ਨਾਲ ਪੀਲ ਰੀਜਨਲ ਪੁਲਿਸ ਤੋਂ ਕਾਂਸਟੇਬਲ ਮਨਦੀਪ ਖੱਟਰਾ ਹੈ, ਉਹਨਾਂ ਤੋਂ ਸਾਰੀ ਜਾਣਕਾਰੀ ਉਸ ਇੰਸੀਡੈਂਟ ਦੇ ਬਾਰੇ ਲਵਾਂਗੇ ਕਿ ਕਿਹਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਔਰ ਕੀ ਰੀਜ਼ਨ ਹੈ ਔਰ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ। ਕਾਂਸਟੇਬਲ ਖੱਟਰਾ, ਵੈਲਕਮ ਟੂ ਅਵਰ ਸ਼ੋਅ। ਥੈਂਕਸ ਫੋਰ ਹੈਵਿੰਗ ਮੀ। ਆਫਿਸਰ, ਤੁਸੀਂ ਸਾਨੂੰ ਦੱਸੋਗੇ ਕਿ 2 December ਨੂੰ ਜਿਹੜਾ ਅੱਧੀ ਰਾਤੀ ਸਵੇਰੇ ਅਪਰੋਕਸੀਮੇਟਲੀ 3 ਵਜੇ ਦੇ ਕਰੀਬ ਜੋ ਇੰਸੀਡੈਂਟ ਹੋਇਆ ਬ੍ਰੈਂਪਟਨ ਦੇ ਰੈਜ਼ੀਡੈਂਸ ਦੇ ਬਾਹਰ, ਫਾਇਰਿੰਗ ਹੋਈ ਹੈ, ਗੋਲੀਆਂ ਚੱਲੀਆਂ, ਉਹਦੇ 'ਚ ਕੀ ਡਿਟੇਲਸ ਹੈ? ਹਾਂਜੀ, 2 December ਦੇ ਸਵੇਰ ਦੇ 3:30 ਦੇ ਲਾਗੇ ਛਾਗੇ ਸਾਨੂੰ ਕਾਲ ਆਈ ਸੀ ਜੀ, ਬ੍ਰੈਂਪਟਨ ਦੇ ਇੱਕ ਰਹਿਸ਼ੀ ਘਰ ਦੇ ਵਿੱਚ ਦੇ ਲਾਗੇ ਗੋਲੀਆਂ ਚੱਲਣ ਦੀ। ਅਤੇ ਇਸ ਘਰ ਦੀ ਲੋਕੇਸ਼ਨ ਗੋਲਵੇ ਐਂਡ ਸੋਰੀ ਮਕਵੀਨ ਐਂਡ ਰੇ ਐਵਨਿਊ ਏਰੀਆ ਸੀਗੀ। ਅਤੇ ਉਸ ਸਮੇਂ ਸਾਡੀ ਪੁਲਿਸ ਅਫਸਰ ਨੇ ਰਿਸਪੋਂਡ ਕੀਤਾ ਅਤੇ ਅਫਸਰਾਂ ਨੇ ਮੌਕੇ 'ਤੇ ਜਾ ਕੇ ਜਿਸ ਇਲਾਕੇ 'ਚ ਗੋਲੀਆਂ ਚੱਲੀਆਂ ਸੀਗੀਆਂ ਉਸਦਾ ਸਬੂਤ ਵੀ ਕਲੈਕਟ ਕਰ ਲਿਆ ਅਤੇ ਕਨਫਰਮ ਹੋ ਗਿਆ ਸੀ ਕਿ ਐਕਚੁਲੀ ਗੋਲੀਆਂ ਚੱਲੀਆਂ ਨੇ। ਅਤੇ ਉਸ ਬਾਰੇ ਸਾਡੀ ਜਾਂਚ ਇਸ ਟਾਈਮ ਚੱਲ ਰਹੀ ਹੈ ਜੀ। ਸੋ ਫਾਰ ਅਸੀਂ ਹਜੇ ਕਿਸੇ ਨੂੰ ਅਰੈਸਟ ਨਹੀਂ ਕੀਤਾ ਹੈਗਾ, ਪਰ ਸ਼ੱਕੀ ਵਿਅਕਤੀਆਂ ਨੂੰ ਲੱਭਣ ਲਈ ਸਾਡੀ ਜੋ ਸਾਡੇ ਜਾਂਚ ਕਰਨ ਦੇ ਡਿਟੈਕਟਿਵ ਨੇ ਉਹ ਬਹੁਤ ਮਿਹਨਤ ਨਾਲ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਤੋਰ ਰਹੇ ਨੇ। ਸੋ ਸਾਡੀ ਇਹੀ ਰਿਕੁਐਸਟ ਹੈ ਕਮਿਊਨਿਟੀ ਮੈਂਬਰਸ ਨੂੰ, ਅਗਰ ਕਿਸੇ ਨੇ ਵੀ ਉਸ ਇਲਾਕੇ ਵਿੱਚ ਉਸ ਰਾਤ ਜਾਂ ਉਸ ਸਵੇਰ ਦੇ 3 to 3:30 ਦੇ ਲਾਗੇ ਛਾਗੇ ਕੋਈ ਸਸਪੀਸ਼ੀਅਸ ਗੱਡੀ ਜਾਂ ਸਸਪੀਸ਼ੀਅਸ ਵਿਅਕਤੀ, ਕੋਈ ਵੀ ਸ਼ੱਕੀ ਬੰਦਾ ਉਸ ਇਲਾਕੇ 'ਚ ਦੇਖਿਆ ਹੋਵੇ ਜਾਂ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ, ਤਾਂ ਤੁਸੀਂ ਸਾਡੇ 21 Division ਦੇ ਇਨਵੈਸਟੀਗੇਟਰ ਨਾਲ ਜ਼ਰੂਰ ਸਾਂਝੀ ਕਰੋ। ਉਹਨਾਂ ਦਾ ਫੋਨ ਨੰਬਰ ਹੈ ਜੀ 905-405-2121 extension 2133। ਅਫਸਰ ਖੱਟਰਾ, ਕਿ ਪੁਲਿਸ ਕੋਲ ਵੀਡੀਓਜ਼ ਵੀ, ਸਬੂਤ ਤੁਸੀਂ ਕਹਿ ਗਏ, ਉਹ ਵੀਡੀਓਜ਼ ਉੱਥੋਂ ਮਿਲੇ ਆ ਕੁਛ ਏਰੀਆ 'ਚੋਂ ਐਜ਼ ਅ ਐਵੀਡੈਂਸ? ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀਡੀਓ ਸਰਵੇਲੈਂਸ ਬਹੁਤ ਹੀ ਕਾਮਨ ਹੈ। ਸੋ ਜਿਹੜੀ ਵੀ ਵੀਡੀਓ ਸਰਵੇਲੈਂਸ ਉਸ ਇਲਾਕੇ ਵਿੱਚ ਹੋਏਗੀ ਉਹਨੂੰ ਅਸੀਂ ਜ਼ਰੂਰ ਕਲੈਕਟ ਕਰਾਂਗੇ ਅਤੇ ਉਹਨੂੰ ਅਸੀਂ ਐਨਾਲਾਈਜ਼ ਵੀ ਕਰਾਂਗੇ ਅਤੇ ਹੋਪਫੁਲੀ ਅਸੀਂ ਜੋ ਵੀ ਸ਼ੱਕੀ ਵਿਅਕਤੀ ਨੇ, ਸਸਪੈਕਟ ਨੇ, ਉਹਨਾਂ ਨੂੰ ਅਸੀਂ ਪਹਿਚਾਣ ਸਕੀਏ। ਸੋ ਇਸ ਇੰਸੀਡੈਂਟ ਦਾ ਕੋਈ ਪਤਾ ਨਹੀਂ ਚੱਲਿਆ ਕਿ ਕੀ ਕਾਰਨ ਬਣਿਆ ਆ ਜਿਹੜੀਆਂ ਫਾਇਰਿੰਗ ਹੋਈਆਂ? ਹਾਂਜੀ, ਸੋ ਇਸ ਮੌਕੇ 'ਤੇ ਤੁਹਾਨੂੰ ਮੈਂ ਜੋ ਉਸ ਇਲਾਕੇ 'ਚ ਰਹਿਣ ਵਾਲੇ ਆ ਉਹਨਾਂ ਨੂੰ ਇੰਨੀ ਤਸੱਲੀ ਦਵਾ ਸਕਦਾ ਕਿ ਜੋ ਸਾਨੂੰ ਇਸ ਟਾਈਮ 'ਤੇ ਲੱਗ ਰਿਹਾ ਕਿ ਇਹ ਆਈਸੋਲੇਟਡ ਇੰਸੀਡੈਂਟ ਹੈ ਅਤੇ ਹਜੇ ਕਿਸੇ ਹੋਰ ਨੂੰ ਕੋਈ ਸੇਫਟੀ ਕੰਸਰਨ ਨਹੀਂ ਹੋਣੀ ਚਾਹੀਦੀ। ਪਰ ਅਗੇਨ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸੋ ਉਸ ਦੇ ਨਾਲ ਨਾਲ ਅਗਰ ਤੁਹਾਨੂੰ ਸਾਡੇ ਕੋਲ ਹੋਰ ਕੋਈ ਇਨਫੋਰਮੇਸ਼ਨ ਅੱਗੇ ਆਏਗੀ ਜੋ ਕਿ ਕਮਿਊਨਿਟੀ ਨੂੰ ਚੱਲਣੀ ਚਾਹੀਦੀ ਹੈ, ਅਸੀਂ ਡੈਫੀਨੇਟਲੀ ਸ਼ੇਅਰ ਕਰਾਂਗੇ। ਪਰ ਇਸ ਟਾਈਮ ਜੋ ਵੀ ਸ਼ੱਕੀ ਵਿਅਕਤੀ ਸੀਗੇ, ਅਗਰ ਉਹ ਸੁਣਦੇ ਵੀ ਹੋਣ ਤਾਂ ਪਲੀਜ਼ ਸਾਡੇ ਇਨਵੈਸਟੀਗੇਟਰਸ ਨਾਲ ਜ਼ਰੂਰ ਸੰਪਰਕ ਕਰੋ ਤਾਂ ਸਾਡੀ ਜੋ ਜਾਂਚ ਹੈ, ਇਨਵੈਸਟੀਗੇਸ਼ਨ ਜਾਰੀ ਹੋਊਗੀ। ਤੁਸੀਂ ਸਾਨੂੰ ਏਰੀਆ ਇੱਕ ਵਾਰ ਫਿਰ ਦੱਸ ਦੋਗੇ, ਕਿਹੜਾ ਰੈਜ਼ੀਡੈਂਸ ਕਿਹੜੇ ਏਰੀਆ 'ਚ ਪੈਂਦਾ, ਕਿਹੜੀ ਕ੍ਰੋਸ ਸਟਰੀਟਸ ਹੈਗੀਆਂ? ਹਾਂਜੀ, ਮਕਵੀਨ ਐਵਨਿਊ ਐਂਡ ਬੋਵੇਅਰ ਕਹਿ ਲਓ, ਕੈਸਮੋ ਏਰੀਆ 'ਚ ਪੈਂਦਾ ਹੈਗਾ ਕੱਲ੍ਹ। ਸੋ ਉਸ ਇਲਾਕੇ ਦੇ ਵਿੱਚ ਇਹ ਗੋਲੀਬਾਰੀ ਹੋਈ ਸੀਗੀ। ਸੋ ਉਸ ਇਲਾਕੇ ਦੇ ਅਗਰ ਕੋਈ ਵੀ ਆਪਣੇ ਰਹਿਣ ਵਾਲੇ ਨਾਗਰਿਕ ਕੁਛ ਅਗਰ ਜਾਣਕਾਰੀ ਹੈ, ਕੁਛ ਉਹਨਾਂ ਨੇ ਕੁਛ ਦੇਖਿਆ ਜਾਂ ਉਹਨਾਂ ਦੇ ਘਰੇ ਕੋਈ ਇਹੋ ਜਿਹੀ ਵੀਡੀਓ ਸਰਵੇਲੈਂਸ ਜਾਂ ਗੱਡੀਆਂ 'ਚ ਹੈਗੀ ਸੀਗੀ ਜਿਸਨੇ ਕੁਛ ਵੀ ਕੈਪਚਰ ਕੀਤਾ, ਤਾਂ ਸਾਨੂੰ ਜ਼ਰੂਰ ਉਹ ਪ੍ਰੋਵਾਈਡ ਕਰਨਗੇ। ਅਫਸਰ ਖੱਟਰਾ, ਕਮਿਊਨਿਟੀ ਦਾ ਕਹਿਣਾ ਕਿ ਆ ਜੋ ਇੰਡੀਵਿਜੁਅਲ ਹੈ, ਥਰਡ ਟਾਈਮ ਇਹਨਾਂ ਦੇ 2 ਵਾਰ ਘਰ ਦੇ ਬਾਹਰ, 1 ਵਾਰ ਆਫਿਸ ਦੇ ਬਾਹਰ ਗੋਲੀਆਂ ਚੱਲੀਆਂ, ਉਹ ਰਿਊਮਰਸ ਹੈ ਕਿ ਕੋਈ ਕਨਫਰਮੇਸ਼ਨ ਹੈਗੀ ਹੈ ਉਹਦੀ? ਹਾਂਜੀ, ਜੋ ਬਾਹਰ ਰੂਮਰ ਚੱਲਦੇ ਪਏ ਆ, ਮੈਂ ਉਸ ਦੀ ਕੁਛ ਕਨਫਰਮੇਸ਼ਨ ਨਹੀਂ ਕਰ ਸਕਦਾ ਹੈਗਾ,
ਕਿ ਸਾਨੂੰ ਐਜ ਇਨਵੈਸਟੀਗੇਸ਼ਨ ਕੰਫੀਡੈਂਸ਼ੀਅਲ ਰੱਖਣੀ ਪੈਂਦੀ ਹੈਗੀ ਹੈ ਅਤੇ ਸਭ ਦੀ ਪ੍ਰਾਈਵੇਸੀ ਪ੍ਰੋਟੈਕਟ ਕਰਨੀ ਚਾਹੀਦੀ ਸਾਨੂੰ। ਸੋ ਅਸੀਂ ਇਸ ਟਾਈਮ ਕਰ ਰਹੇ ਹਾਂ, ਪਰ ਇਸ ਇਲਾਕੇ ਵਿੱਚ ਗੋਲੀ ਪਿਛਲੇ ਆਈ ਥਿੰਕ ਸਪਟੈਂਬਰ ਵਿੱਚ ਵੀ ਚੱਲੀ ਸੀ, ਪਰ ਉਹ ਵੀ ਇਨਵੈਸਟੀਗੇਸ਼ਨ ਸਾਡੀ ਹਜੇ ਜਾਰੀ ਹੈ। ਅਫਸਰ ਖੱਟਰਾ, ਤੁਸੀਂ ਬ੍ਰੈਂਟੋਨੀਅਨਸ ਨੂੰ ਪਬਲਿਕ ਸੇਫਟੀ ਜਿਹੜਾ ਕ੍ਰਾਈਮ ਹੈ ਇਹਦੇ ਉੱਪਰ ਕੀ ਮੈਸੇਜ ਸੁਨੇਹਾ ਦਿਓਗੇ, ਕਿਉਂਕਿ ਲੋਕ ਕਾਫੀ ਘਬਰਾ ਜਾਂਦੇ ਆ ਇੱਦਾਂ ਦੇ ਇੰਸੀਡੈਂਟਸ, ਕਿਉਂਕਿ ਫੈਮਲੀਜ਼ ਬੱਚੇ ਵੀ ਹੁੰਦੇ ਆ। ਸੋ ਅਪੀਲ ਪੁਲਿਸ ਤੋਂ ਕੀ ਮੈਸੇਜ ਹੈ ਰੈਜ਼ੀਡੈਂਟ ਆਫ ਬ੍ਰੈਂਟਨਸ ਨੂੰ? ਹਾਂਜੀ, ਸਾਡਾ ਮੈਸੇਜ ਇਹੀ ਹੈ ਕਿ ਅਸੀਂ ਕੋਈ ਵੀ ਇਨਵੈਸਟੀਗੇਸ਼ਨ ਹੋਵੇ, ਚਾਹੇ ਸ਼ੂਟਿੰਗ ਰਿਲੇਟਡ ਹੋਵੇ, ਚਾਹੇ ਅੱਜ ਕੱਲ੍ਹ ਕਾਰਜੈਕਿੰਗ ਚੱਲਦੀਆਂ ਨੇ, ਹੋਰ ਕੋਈ ਬਹੁਤ ਸਾਰੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਉਂਦੀਆਂ ਨੇ, ਕ੍ਰਾਈਮ ਸਾਰੇ ਸਾਹਮਣੇ ਆਉਂਦੇ ਨੇ। ਸੋ ਅਸੀਂ ਸਾਰੀਆਂ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨ ਨੂੰ ਬਹੁਤ ਹੀ ਸੀਰੀਅਸ ਲੈਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਆਪਣੀ ਕਮਿਊਨਿਟੀ ਵੀ ਇਹੀ ਐਕਸਪੈਕਟ ਕਰਦੀ ਹੈ। ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਵੀ ਸਟੋਨ ਅਨਟਰਨ ਨਾ ਛੱਡੀਏ, ਮਤਲਬ ਕਿ ਅਸੀਂ ਕੋਈ ਵੀ ਜਿਹੜੀ ਇਨਵੈਸਟੀਗੇਟਿਵ ਐਵਨਿਊ ਆ ਇਹੋ ਜਿਹੇ ਇੰਸੀਡੈਂਟਸ ਨੂੰ ਲੈ ਕੇ ਉਸ ਦੀ ਅਸੀਂ ਪੂਰੀ ਜਾਂਚ ਕਰਦੇ ਹਾਂ, ਤੇ ਸਾਡਾ ਇਹੀ ਮਕਸਦ ਹੈ ਕਿ ਅਸੀਂ ਜੋ ਵੀ ਕਰ ਸਕਦੇ ਹਾਂ, ਜੋ ਵੀ ਸਾਡੇ ਕੋਲ ਪਾਵਰ ਹੈ, ਅਸੀਂ ਉਸ ਨੂੰ ਵਰਤੀਏ ਆਪਣੀ ਕਮਿਊਨਿਟੀ, ਜੋ ਵੀ ਆਪਣੇ ਨਾਗਰਿਕ ਹਨ, ਉਹਨਾਂ ਨੂੰ ਸੇਫ ਸ਼ਾਂਤ ਰੱਖਣ ਦੇ ਲਈ। ਥੈਂਕ ਯੂ ਆਫਿਸਰ ਖੱਟਰਾ ਫਾਰ ਦਿਸ ਇਨਫੋਰਮੇਸ਼ਨ, ਐਂਡ ਥੈਂਕ ਯੂ ਵੈਰੀ ਮੱਚ। ਥੈਂਕ ਯੂ ਫਾਰ ਮੀ ਐਂਡ ਥੈਂਕ ਯੂ ਫਾਰ ਲਿਸਨਿੰਗ। ਥੈਂਕ ਯੂ।